ਆਵਾਜ਼ੀ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਅਸੀਂ ਜੋ ਦਿਵਾਲੀ ਦਾ ਤਿਉਹਾਰ ਆ ਰਿਹਾ ਉਹਦੇ ਪ੍ਰਤੀ ਲੋਕਾਂ ਦੇ ਵਿਊ ਲਵਾਂਗੇ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਜਿਵੇਂ ਦਿਵਾਲੀ ਦਾ ਤਿਉਹਾਰ ਆ ਰਿਹਾ ਨੇੜੇ, ਤਾਂ ਲੋਕਾਂ ਦੇ ਮਨਾਂ ਵਿੱਚ ਕਿੰਨਾ ਕੁ ਉਤਸ਼ਾਹ ਇਹਨੂੰ ਲੈ ਕੇ? ਵੇਖੋ ਜੀ, ਪਹਿਲਾਂ ਤਾਂ ਸਾਰਿਆਂ ਨੂੰ ਦੇਖ ਰਹੇ ਚੈਨਲ ਸਤਿ ਸ਼੍ਰੀ ਅਕਾਲ ਜੀ। ਅਤੇ ਇਹੀ ਹੈ ਜੀ, ਪਹਿਲਾਂ ਦੁਸਹਿਰਾ ਵੀ ਇੱਦਾਂ ਹੀ ਟੱਪ ਗਿਆ। ਸਾਰੇ ਸਾਡੇ ਹੁਣ ਜਿਹੜੇ 3 ਬਿੱਲ ਪਾਸ ਕਰੇ ਨੇ ਕਿ ਸਰਕਾਰ ਨੇ, ਉਹਨਾਂ ਦੇ ਪ੍ਰਤੀ ਸਾਰੇ ਸਾਡੇ ਕਿਸਾਨ ਤਾਂ ਸੜਕਾਂ 'ਤੇ, ਰੇਲਾਂ ਦੀਆਂ ਲਾਈਨਾਂ 'ਤੇ ਬੈਠੇ ਨੇਗੇ। ਅਤੇ ਇੱਦਾਂ ਹੀ ਹੁਣ ਦਿਵਾਲੀ ਲੰਘ ਜਾਣੀ ਆ, ਕੋਈ ਉਤਸ਼ਾਹ ਨਹੀਂ, ਕੋਈ ਉਹ ਨਹੀਂ ਵੀ ਕੋਈ ਪਹਿਲਾਂ ਜਿੱਦਾਂ ਬੱਚਿਆਂ ਨੂੰ ਚਾਅ ਹੁੰਦਾ ਸੀਗਾ, ਅਤੇ ਹੁਣ ਕੋਈ ਉਤਸ਼ਾਹ ਨਹੀਂ ਕਿਸੇ 'ਚ, ਨਾ ਕਿਸੇ ਸਿਆਣੇ 'ਚ, ਨਾ ਕਿਸੇ, ਨਾ ਬੱਚੇ 'ਚ। ਦਿਵਾਲੀ ਦਾ ਵੀ ਇੱਦਾਂ ਹੀ ਲੰਘ ਜਾਣਾ ਜੀ, ਕੋਈ ਉਹ ਨਹੀਂ, ਖਰੀਦਦਾਰੀ ਨਹੀਂ ਹੋ ਰਹੀ, ਕੁਛ ਨਹੀਂ ਹੋ ਰਿਹਾ ਜੀ। ਜਿਵੇਂ ਕਿ ਤੁਸੀਂ ਦੁਕਾਨ 'ਤੇ ਬੈਠੇ, ਮਤਲਬ ਗਾਹਕ ਵਗੈਰਾ ਜਿਵੇਂ ਤਿਉਹਾਰਾਂ ਦੇ ਪਹਿਲਾਂ ਦੇਖਦੇ ਆਪਾਂ ਦਿਵਾਲੀ ਵੇਲੇ ਬੜੀ ਰੌਣਕ ਲੱਗੀ ਹੁੰਦੀ ਸੀ, ਤਾਂ ਹੁਣ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ, ਹੁਣ ਕੀ ਮਾਹੌਲ ਹੈ? ਬਸ ਜੀ, ਹੁਣ ਕੀ ਕਹਿਣਾ, ਦਿਨ ਦੇ ਵਿੱਚ ਕੋਈ 1-2 ਆ ਸਕਦੇ ਨੇ ਬਸ, ਨਹੀਂ ਤਾਂ ਬਸ ਜੀ ਅਸੀਂ ਇੱਦਾਂ ਹੀ ਬਸ ਵਿਹਲੇ ਬਹਿ ਕੇ ਮੁੜ ਜਾਂਦੇ ਹੈਗੇ, ਅਤੇ ਕੋਈ ਰੌਣਕ ਨਹੀਂ। ਦਿਵਾਲੀ ਦਾ ਵੀ ਕੋਈ ਇਹੋ ਜਿਹਾ, ਬਸ ਠੰਡਾ ਹੀ ਰਹਿਣਾ ਜੀ। ਸਾਡੇ ਜਿਹੜੇ ਦਿਵਾਲੀ ਬਣਾਉਣ ਵਾਲੇ ਆ ਕਿਸਾਨ ਭਰਾ, ਜਿਨ੍ਹਾਂ ਦੇ ਸਿਰ 'ਤੇ ਰੁਜ਼ਗਾਰ ਚੱਲਦੇ ਨੇਗੇ, ਉਹ ਤਾਂ ਸੜਕਾਂ 'ਤੇ ਬੈਠੇ ਨੇ, ਲਾਈਨਾਂ 'ਤੇ ਬੈਠੇ ਨੇ, ਅਤੇ ਕੋਈ ਦਿਵਾਲੀ ਵੀ ਇੱਦਾਂ ਹੀ ਲੰਘ ਜਾਣੀ ਹੈ ਜੀ, ਕੋਈ ਉਤਸ਼ਾਹ ਨਹੀਂ ਜੀ। ਹਾਂਜੀ, ਕਿ ਹੁਣ ਜਿਵੇਂ ਕਿ ਪਹਿਲਾਂ ਅਸੀਂ ਦੇਖਦੇ ਸੀਗੇ ਦਿਵਾਲੀ ਦੇ ਤਿਉਹਾਰ 'ਤੇ ਬਹੁਤ ਰੌਣਕ ਆਉਂਦੀ ਸੀ, ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ? ਹੁਣ ਇੱਥੇ ਕੋਈ ਮਤਲਬ ਜਿਵੇਂ ਆਪਣੇ ਮੋਦੀ ਜੀ ਨੇ ਆਰਡੀਨੈਂਸ ਜਾਰੀ ਕੀਤੇ ਨੇ, 3 ਆਰਡੀਨੈਂਸ, ਉਹਦੇ ਕਰਕੇ ਸਾਰੇ ਪਾਸੇ ਅਫਸੋਸ ਹੀ ਛਾਇਆ ਪਿਆ, ਅਤੇ ਆਪਣੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਸਾਰੇ ਕਿਤੇ ਵੀ ਮਤਲਬ ਜਿਵੇਂ ਹੁਣ ਪਿਛਲੇ ਦਿਨੀ ਦੁਸਹਿਰਾ ਲੰਘ ਕੇ ਗਿਆ, ਅਤੇ ਦੁਸਹਿਰੇ ਦੇ ਕਰਕੇ ਵੀ ਕੋਈ ਜ਼ਿਆਦਾ ਰੌਣਕ ਨਹੀਂ ਰਹੀ, ਪਿੰਡਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਸ਼ਹਿਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਕੋਈ ਰੌਣਕ ਨਹੀਂ ਸੀ, ਅਤੇ ਦੁਕਾਨਦਾਰ ਵੀ ਵਿਹਲੇ ਬੈਠੇ ਸੀ, ਅਤੇ ਨਹੀਂ ਮਤਲਬ ਪਿਛਲੇ ਸਾਲ ਅਸੀਂ ਦੇਖਿਆ ਵੀ ਮਤਲਬ ਦੁਸਹਿਰੇ ਵੇਲੇ ਵੀ ਰੇਹੜੀਆਂ ਲੱਗੀਆਂ ਹੋਈਆਂ ਸੀ, ਜਿਵੇਂ ਪਟਾਕਿਆਂ ਦੀਆਂ ਜਾਂ ਕੋਈ ਮਤਲਬ ਹੋਰ ਬੱਚਿਆਂ ਦੀ ਖਰੀਦਦਾਰੀ ਦੇ ਲਈ, ਬੱਚੇ ਵੀ ਸ਼ਹਿਰਾਂ ਦੇ ਵਿੱਚ ਵੀ ਮਤਲਬ ਵਧੀਆ ਇੰਜੋਏ ਕਰ ਰਹੇ ਸੀ ਸਾਰੇ ਲੋਕ, ਅਤੇ ਇਸ ਵਾਰ ਕੋਈ ਰੌਣਕ ਨਹੀਂ ਦੇਖਣ ਨੂੰ। ਕਾਫੀ ਲਾਈਟਿੰਗ ਹੁੰਦੀ ਸੀ ਬਾਜ਼ਾਰਾਂ 'ਚ? ਹਾਂ, ਬਾਜ਼ਾਰਾਂ ਦੇ ਵਿੱਚ ਵੀ ਮਤਲਬ ਘਰਾਂ ਦੇ ਵਿੱਚ ਵੀ ਲੋਕ ਦੁਸਹਿਰੇ ਨੂੰ ਵੀ ਕਰ ਲੈਂਦੇ ਸੀ, ਅਤੇ ਮਤਲਬ ਇਸ ਵਾਰ ਨਹੀਂ ਕੁਛ ਰੌਣਕ ਰਹੀ। ਮਾਨਸਾ ਦੇ ਵਿੱਚ ਬੁੱਤ ਬਣਾਇਆ ਗਿਆ ਸੀ ਰਾਵਣ ਦਾ? ਨਹੀਂ, ਮਾਨਸਾ ਦੇ ਵਿੱਚ ਨਹੀਂ, ਅਸੀਂ ਸਾਨੂੰ ਦੇਖਣ ਨੂੰ ਕਿਤੇ ਨਹੀਂ ਮਿਲਿਆ ਜੀ। ਜ਼ਿਆਦਾਤਰ ਮੋਦੀ ਦੇ ਪੁਤਲੇ ਫੂਕੇ ਗਏ? ਹਾਂ, ਜ਼ਿਆਦਾਤਰ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ ਮਤਲਬ ਦੇਖਣ ਨੂੰ ਮਿਲਿਆ ਵੀ ਮੋਦੀ ਦੇ ਪੁਤਲੇ ਫੂਕੇ ਗਏ ਸੀ। ਦੇਖੋ ਜੀ, ਦਿਵਾਲੀ ਤਾਂ ਇਸ ਵਾਰ ਕਿਸਾਨਾਂ ਦੇ ਅੰਦੋਲਨ ਕਰਕੇ ਫਿੱਕੀ ਰਹਿਣ ਦੇ ਆਸਾਰ ਨੇ, ਹਰੇਕ ਨੂੰ ਪਤਾ ਹੀ ਹੈ ਸਾਰੇ ਕਾਰੋਬਾਰ ਠੱਪ ਹੋ ਰਹੇ ਨੇ, ਇਸ ਕਾਰਨ ਦਿਵਾਲੀ ਤਾਂ ਫਿੱਕੀ ਰਹੇਗੀ ਇਸ ਵਾਰ। ਬਾਕੀ ਤੁਹਾਨੂੰ ਹੋਰ ਪਤਾ ਵੀ ਹੋਰ ਕੰਮ ਵੀ ਸਾਰੇ ਫਿੱਕੀ ਚੱਲ ਰਹੇ ਨੇ, ਸਾਰੇ ਕੰਮਾਂ ਨਾਲ ਹੀ ਦਿਵਾਲੀ ਹੈ, ਦਿਵਾਲੀ ਫਿੱਕੀ ਰਹੇਗੀ। ਕਿਸਾਨ ਭਰਾ ਸੜਕਾਂ 'ਤੇ ਬੈਠੇ? ਬਿਲਕੁਲ, ਸਾਰੇ ਸੜਕਾਂ 'ਤੇ ਨੇ। ਰੇਲ, ਚਲੋ ਰੇਲ ਲਾਈਨ ਆਪਾਂ ਉਹਨਾਂ ਨੇ ਖਾਲੀ ਕਰੀਆਂ, ਲੇਕਿਨ ਸੈਂਟਰ ਸਰਕਾਰ ਹੁਣ ਸਾਥ ਨਹੀਂ ਦੇ ਰਹੀ, ਉਹਨਾਂ ਨੇ ਰੇਲਾਂ ਫਿਰ ਵੀ ਬੰਦ ਕਰਤੀਆਂ, ਅਤੇ ਜੇ ਕੋਈ ਬਾਕੀ ਸਾਰਾ ਕਾਰੋਬਾਰ ਇਹ ਨਾਲ ਹੀ ਦਿਵਾਲੀ ਹੈ। ਜਦੋਂ 90% ਆਪਣੇ ਖੇਤੀਬਾੜੀ ਹੈ, ਖੇਤੀਬਾੜੀ ਦਾ ਕੰਮ ਬਿਲਕੁਲ ਜਦੋਂ ਇਹਨਾਂ ਨੇ ਠੱਪ ਕਰ ਰੱਖਿਆ, ਹਾਂਜੀ, ਕਿਸਾਨ ਕੁਛ ਨਹੀਂ, ਦਿਵਾਲੀ ਫਿੱਕੀ ਰਹਿਣ ਦੇ ਸਾਰ ਹੈ। ਦੁਸਹਿਰਾ ਵੀ ਬਸੋ ਜੀ, ਦੇਖੋ ਐਤਕੀ ਤਾਂ ਮੋਦੀ ਦੇ ਪੁਤਲੇ ਬਣਾ ਕੇ ਹੀ ਫੂਕੇ ਗਏ ਨੇ, ਰਾਵਣ ਦਾ ਕਿਤੇ ਨਹੀਂ, ਰਾਵਣ ਦਾ ਕਿਤੇ ਦੇਖਣ ਨੂੰ ਮਿਲਿਆ ਨੀਗਾ, ਕੋਈ ਛੋਟਾ ਬਣਾ ਕੇ ਕਿਸੇ ਨੇ ਪੁਤਲਾ ਫੂਕਤਾ ਹੋਵੇ ਰਾਵਣ ਦਾ, ਉਹ ਵੱਖ ਗੱਲ ਹੈ। ਠੀਕ, ਹਾਂ, ਬਟ ਤਕਰੀਬਨ ਮੋਦੀ ਦੇ ਪੁਤਲੇ ਜਾਂ ਕਾਰਪੋਰੇਟ ਘਰਾਣਾ ਦੀ ਫੂਕੇ ਗਏ ਨੇ। ਠੀਕ ਹੈ ਜੀ, ਦਿਵਾਲੀ ਦੇ ਮੌਕੇ 'ਤੇ ਹੁਣ ਪਿੰਡਾਂ ਦੇ ਵਿੱਚ, ਸ਼ਹਿਰਾਂ 'ਚ ਕਿਸ ਤਰ੍ਹਾਂ ਦਾ ਮਾਹੌਲ? ਹੁਣ ਤਾਂ ਬਿਲਕੁਲ ਕੋਈ ਦੁਕਾਨਾਂ ਜਿਹੜੀਆਂ ਨੇ ਉਹਨਾਂ ਦੇ ਕੋਈ ਰੌਣਕ ਨਹੀਂ ਹੈਗੀ, ਕੋਈ ਦੁਕਾਨਾਂ ਦੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਰੇਹੜੀ ਲੱਗੀ ਪਈ ਹੋਵੇ, ਸਟਾਲਾਂ ਲੱਗੀਆਂ ਪਈਆਂ ਹੋਣ, ਕੋਈ ਪਟਾਕੇ ਵਗੈਰਾ ਖਰੀਦ ਰਿਹਾ। ਇਸ ਵਾਰ ਤਾਂ ਬਹੁਤ ਫਿੱਕੀ ਦਿਵਾਲੀ ਆ, ਜਗ੍ਹਾ ਜਗ੍ਹਾ 'ਤੇ ਮੋਦੀ ਦੇ ਜਾਂ ਹੋਰ ਲੀਡਰਾਂ ਦੇ ਜਿਹੜੇ ਵੀ ਲੀਡਰ ਮਾੜੇ ਨੇ ਉਹਨਾਂ ਦੇ ਪੁਤਲੇ ਫੁੱਕੇ ਜਾ ਰਹੇ ਨੇ, ਅਤੇ ਇਸੇ ਕਰਕੇ ਵੀ ਦਿਵਾਲੀ ਆ ਜਿਹੜੀ ਬਹੁਤ ਫਿੱਕੀ ਹੈ। ਅਤੇ ਪਹਿਲਾਂ ਦੁਸਹਿਰੇ ਦਾ ਤਿਉਹਾਰ ਵੀ ਲੰਘ ਕੇ ਗਿਆ, ਦੁਸਹਿਰਾ ਵੀ ਮੋਦੀ ਦੇ ਪੁਤਲੇ ਫੁੱਕੇ ਗਏ, BJP ਦੀ ਲੀਡਰ ਜਿਹੜੀ ਕੌਮੀ ਜਿਹੜੀ ਹੁਣ ਸਾਰਿਆਂ ਦੇ ਪੁਤਲੇ ਫੁੱਕ ਗਏ ਨੇ, ਤਾਂ ਕਰਕੇ ਜਿਹੜੀ ਫਿੱਕੀ ਹੈ। ਅਤੇ ਬਾਕੀ ਜਿਹੜੇ ਕਿਸਾਨ ਨੇ ਉਹ ਹਰੇਕ ਧਰਨੇ 'ਤੇ ਬੈਠੇ ਨੇ, ਫਸਲ ਨਹੀਂ ਵਿਕ ਰਹੀ, ਨਰਮੇ ਦੀ ਫਸਲ ਦਾ ਕਿੰਨੀਆਂ ਕਿੰਨੀਆਂ ਲੰਬੀਆਂ ਲਾਈਨਾਂ ਨੇ, ਉੱਥੇ ਰੋਡ ਦੇ ਉੱਤੇ ਐਕਸੀਡੈਂਟ ਹੋ ਰਹੇ ਨੇ, ਹਾਦਸਾ ਹੋ ਰਹੇ ਨੇ ਪਸ਼ੂਆਂ ਵਾਲੇ ਜਾਨਵਰਾਂ ਕਰਕੇ, ਤਾਂ ਕਾਹਦੀ ਦਿਵਾਲੀ ਆ ਇਸ ਕਰਕੇ ਵੀ ਦਿਵਾਲੀ ਇਸ ਕਰਕੇ ਬਹੁਤ ਜ਼ਿਆਦਾ ਇਸ ਬਾਰੇ ਫਿੱਕੀ ਲੱਗ ਰਹੀ ਹੈ। ਹਾਂਜੀ, ਇਸ ਬਾਰੇ ਦਿਵਾਲੀ ਦਾ ਮਾਹੌਲ ਕਿਸ ਤਰ੍ਹਾਂ ਹੈ? ਦਿਵਾਲੀ ਸਾਡੀ ਕਾਹਦੀ ਹੈ ਜੀ, ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਜੀ, ਕਿਸਾਨ ਤਾਂ ਵਿਚਾਰੇ ਸੜਕਾਂ 'ਤੇ ਬੈਠੇ, ਇਹਦੇ ਕਰਕੇ ਕੀ ਦਿਵਾਲੀ ਹੈ, ਸਾਡਾ ਦੁਸਹਿਰਾ ਵੀ ਨੰਗਾ। ਅੱਛਾ ਜੀ, ਹਾਂਜੀ, ਆਪਣਾ ਰਾਵਣ ਦਾ ਪੁਤਲਾ ਫੂਕਿਆ ਗਿਆ ਸੀ ਆਸ ਪਾਸ? ਨਹੀਂ, ਰਾਵਣ ਦਾ ਨਹੀਂ ਫੂਕਿਆ ਜੀ, ਸਭ ਤੋਂ ਵੱਧ ਮੋਦੀ ਦੇ ਫੂਕਿਆ ਜੀ। ਅੱਛਾ, ਹਾਂਜੀ, ਠੀਕ, ਕਿਉਂ ਐਤਕੀ ਦਾ ਮੋਦੀ ਰਾਵਣ ਸੀਗਾ? ਜਿਵੇਂ ਕਿ ਆਪਾਂ ਦੇਖਦੇ ਸੀਗੇ ਪਹਿਲਾਂ ਦਿਵਾਲੀ ਦੇ ਤਿਉਹਾਰ 'ਤੇ ਬਹੁਤ ਰੌਣਕ ਹੁੰਦੀ ਸੀ, ਇਸ ਵਾਰ ਕਿਸ ਤਰ੍ਹਾਂ ਦਾ ਮਾਹੌਲ ਹੈ ਅਤੇ ਕਿਉਂ ਹੈ? ਦਿਵਾਲੀ ਦੀ ਰੌਣਕ ਇਸ ਵਾਰ ਬਹੁਤ ਘੱਟ ਹੈ, ਸਾਡੀ ਦਿਵਾਲੀ ਦੀ ਰੌਣਕ ਇਸ ਟਾਈਮ ਰੇਲ ਗੱਡੀ ਦੀਆਂ ਪਟੜੀਆਂ 'ਤੇ ਸੜਕਾਂ 'ਤੇ ਬੈਠੀ ਹੈਗੀ,
जिन्ना करके जिन्ना ने खरीदो फरोख्त करनी सी जिन्ना करके बाजारां दे विच रौनक आउणी सी ओह लोक ही खुश नहीं है तां फिर असीं इस त्यौहार नूं किवें कह सकदे हां वधिया जां रौनकां नाल सजिया बिल्कुल सारे बाजार सुन्ने नेगे ਬਾਜ਼ਾਰ 'ਚ ਤਾਂ ਬਸ ਕੁਛ ਨਹੀਂ ਪਹਿਲਾਂ ਆਮ ਵਰਗੀ ਹੋਇਆ ਵੈਲ ਕੁਛ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਦੀਵਾਲੀ ਹੈਗੀ ਹੈਗੀ ਅਤੇ ਕੋਈ ਦੀਪਮਾਲਾ ਨਹੀਂ ਕੋਈ ਲਾਈਟਿੰਗ ਵਗੈਰਾ ਕੁਛ ਵੀ ਨਹੀਂ ਸੀਗਾ ਨਾ ਹੀ ਪਟਾਕੇ ਸੀ ਬਸ ਕੁਛ ਵੀ ਨਹੀਂ ਹੈਗਾ ਆਮ ਵਰਗੀ ਗੱਲ ਹੈ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੇ ਕਿਸਾਨੀ ਜਿਹੜੇ ਬਿੱਲ ਆਇਆ ਵਿਰੋਧੀ ਬਿੱਲ ਆਇਆ ਉਹਦੇ ਕਰਕੇ ਲੋਕਾਂ ਦੇ ਮਨਾਂ 'ਚ ਖੁਸ਼ੀ ਨਹੀਂ ਹੈਗੀ ਨਹੀਂ ਕੁਛ ਵੀ ਨਹੀਂ ਹੈਗਾ ਗਾ ਕਿਉਂਕਿ ਵੀ ਬਸ ਉਹੀ ਗੱਲ ਫਿਰ ਆ ਜਾਂਦੀ ਹੈਗੀ ਵੀ ਜਿੰਨਾ ਕਰਕੇ ਅਸੀਂ ਹੈਗੇ ਹਾਂ ਸਾਡੀ ਕਮਾਈ ਉੱਥੋਂ ਆ ਜੇ ਸਾਡੇ ਕੋਲ ਉਹ ਚੀਜ਼ ਹੋਊਗੀ ਫਿਰ ਹੀ ਅਸੀਂ ਵਧੀਆ ਖੁਸ਼ੀ ਮਨਾਵਾਂਗੇ ਬਸ ਇਹਦਾ ਕਰਕੇ ਕੁਛ ਨਹੀਂ ਹੈਗਾ ਗਾ ਦੀਵਾਲੀ ਕਾਲੀ ਦੀਵਾਲੀ ਮਨਾਈ ਜਾਊਗੀ ਫਿਰ ਇਸ ਵਾਰ ਤਾਂ ਹੋਰ ਤਾਂ ਕੁਛ ਨਹੀਂ ਹੋ ਸਕਦਾ ਹਾਂਜੀ ਇਸ ਵਾਰ ਦੀਵਾਲੀ ਦਾ ਕੀ ਮਾਹੌਲ ਹੈ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਦੀਵਾਲੀ ਦਾ ਬਾਈ ਜੀ ਇਸ ਵਾਰ ਕੋਈ ਰੌਣਕ ਨਹੀਂ ਕੁਛ ਨਹੀਂ ਸਾਰੇ ਕਿਤੇ ਇਹਨਾਂ ਨੇ ਜੱਟਾਂ ਦਾ ਬੁਰਾ ਹਾਲ ਕਰਤਾ ਕਿਸਾਨ ਸੜਕਾਂ 'ਤੇ ਬੈਠੇ ਹੈ ਠੀਕ ਹੈ ਅਤੇ ਆਹ ਜਿਹੜੇ ਬਿੱਲ ਮੋਦੀ ਨੇ ਪਾਸ ਕੀਤੇ ਹੈ ਇਹਨਾਂ ਕਰਕੇ ਸਾਰਿਆਂ ਦਾ ਬੁਰਾ ਹਾਲ ਹੈ ਠੀਕ ਹੈ ਜੱਟ ਕਦੇ ਤਾਂ ਸੜਕਾਂ 'ਤੇ ਧਰਨੇ ਲਾਉਂਦੇ ਆ ਠੀਕ ਹੈ ਕਦੇ ਇੱਥੇ ਰੇਲਾਂ ਰੋਕਦੇ ਆ ਕਦੇ ਕੁਛ ਕਰਦੇ ਆ ਦੁਸਹਿਰਾ ਵੀ ਐਂ ਲੱਗ ਗਿਆ ਦੀਵਾਲੀ ਦਾ ਕੀ ਕਰਾਂਗੇ ਠੀਕ ਹੈ ਸਾਰੇ ਤਿਉਹਾਰ ਜਮ੍ਹਾਂ ਫਿੱਕੇ ਗਏ ਕਾਹਦੀ ਦੀਵਾਲੀ ਜਮ੍ਹਾਂ ਮੋਦੀ ਨੇ ਬਈ ਜੱਟ ਜਮ੍ਹਾਂ ਮਾਰਤੇ ਠੀਕ ਹੈ ਅਤੇ ਆ ਜਿਵੇਂ ਹੁਣ ਪਰਾਲੀ ਹੈ ਠੀਕ ਹੈ ਪਰਾਲੀ ਨੂੰ ਹੁਣ ਜੱਟ ਕੋਈ ਅੱਗ ਲਾ ਦਿੰਦਾ ਕੋਈ ਕੁਛ ਕਰ ਦਿੰਦਾ ਠੀਕ ਹੈ ਇਹ ਤਾਂ ਅੱਗੇ ਜੁਰਮਾਨਾ ਪਤਾ ਨਹੀਂ 5 ਕਰੋੜ ਪਤਾ ਨਹੀਂ ਕਿੰਨਾ ਉਹ ਮੈਂ ਖਬਰ ਜੀ ਸੁਣੀ ਸੀ ਅਤੇ ਉਹਦਾ ਕੋਈ ਸਿਸਟਮ ਨਹੀਂ ਠੀਕ ਹੈ ਕੁੱਲ ਮਿਲਾ ਕੇ ਜੱਟ ਇਹਨਾਂ ਨੇ ਜਮ੍ਹਾਂ ਖਤਮ ਕਰਤਾ ਠੀਕ ਹੈ ਕਿਸੇ ਨੇ ਬਿੱਲ ਪਾਸ ਕਰਾਉਣ 'ਚ ਸਾਰਿਆਂ ਦੀ ਸਹਿਮਤੀ ਸੀ ਕੁਛ ਨਹੀਂ ਉਹਦੇ ਕਰਕੇ ਕੀ ਤਿਉਹਾਰ ਕੀ ਜੱਟਾਂ ਦਾ ਕੁਛ ਨਹੀਂ ਰਿਹਾ ਠੀਕ ਹੈ ਜੱਟ ਜਮ੍ਹਾਂ ਖੁਦਕੁਸ਼ੀਆਂ ਕਰਦੇ ਆ ਸਾਰਾ ਕੁਛ ਕਰਦੇ ਆ ਇਹ ਇਹਨਾਂ ਕਰਕੇ ਜਿਹੜੀਆਂ ਸਰਕਾਰ ਦੀਆਂ ਨਾਕਾਮੀਆਂ ਨੇ ਉਹਨਾਂ ਕਰਕੇ ਤਿਉਹਾਰਾਂ ਦਾ ਬਾਈ ਜੀ ਕੋਈ ਇਹ ਤਾਂ ਸਰ ਜਮ੍ਹਾਂ ਖਤਮ ਹੋ ਰਿਹਾ ਹੈਗਾ ਕੁਛ ਨਹੀਂ ਖਤਮ ਹੋ ਗਿਆ ਪੰਜਾਬ ਖਤਮ ਹੋ ਗਿਆ ਹਰਿਆਣਾ ਖਤਮ ਹੋ ਜੂਗਾ ਸਰਕਾਰ ਦੀਆਂ ਨੀਤੀਆਂ ਨੇ ਖਤਮ ਕਰਤਾ ਕਿਸਾਨ ਨੂੰ ਇਹ ਕਿਸਾਨ ਕੋਲ ਕੁਛ ਨਹੀਂ ਇਕੱਲਾ ਮੰਗਣ ਜੋਗਾ ਕਿਸਾਨ ਰਹਿ ਗਿਆ ਇਹਦੇ ਕੋਲ ਡੱਕਾ ਨਹੀਂ ਬਸ ਰਹਿਗੀਆਂ ਤਪਾਹਾਂ ਬਸ ਵੀ ਆਹ ਕਰਾਂਗੇ ਕੁਛ ਨਹੀਂ ਰਹਿੰਦਾ ਕੀ ਕਰੀਆਂ ਨੇ ਰੇਲਾਂ ਰੋਕੀਆਂ ਬੈਠੇ ਆਂਗੇ ਕਹਿ ਦਿੰਦੇ ਨੇ ਰੇਲਾਂ ਜੇ ਰੋਕ ਲਉਂਗੇ ਤੁਹਾਡੇ ਕੋਲ DAP ਨਹੀਂ ਆਊਗੀ ਡੀਜ਼ਲ ਨਹੀਂ ਆਊਗਾ ਆਖਰ ਨੂੰ ਖਾਦ ਨਹੀਂ ਆਊਗੀ ਕਿਸਾਨ ਜਿੰਮੇ ਲਾ ਦੇਣਗੇ ਚਲੋ ਕਿਸਾਨ ਝੱਲ ਲੂਗਾ ਨਹੀਂ ਲਾਈਟ ਆਊਗੀ ਲਾਈਟ ਝੱਲ ਲੂਗਾ ਮਾਰੂ ਕਰ ਦੂਗਾ ਖੇਤੀ ਮਾਰੂ ਕਰ ਦੂਗਾ ਕਰ ਕਿਸਾਨ ਦੀ ਖੇਤੀ ਕਿਸਾਨ ਕੋਲ ਹੀ ਰਹਿਣ ਦਿਓ ਕਿਸਾਨ ਦੀ ਖੇਤੀ ਨਾ ਖੋਹੋ ਸਾਡੀ ਬਸ ਸਾਡੀ ਇਹੀ ਹੱਥ ਹੈ ਹੋਰ ਕੀ ਹੈ ਕਿਸਾਨ ਕੋਲ ਇਕੱਲੀ ਖੇਤੀ ਰਹਿ ਗਈ ਖੇਤੀ ਖੋਹ ਲਈ ਕਿਸਾਨ ਕੀ ਕਰੂਗਾ ਕਿੱਧਰ ਜਾਊਗਾ ਮਜ਼ਦੂਰ ਬਣ ਜਾਊਗਾ ਟੀਫਨ ਫੜ ਲੂ ਹੱਥਾਂ 'ਚ ਇੱਦੋਂ ਪਹਿਲਾਂ 20 ਸਾਲ ਜਾਂ 40 ਸਾਲ ਕਿਸਾਨ ਖਾਉਂਦਾ ਸੀ 100 ਸਾਲ ਦਾ ਕਿਸਾਨ ਖਾਉਂਦਾ ਸੀ ਅੱਜ ਪੱਠਾ ਬਿਠਾ ਕੇ ਰੱਖਤਾ ਇਸ ਸਰਕਾਰਾਂ ਨੇ ਕੀ ਕਰਿਆ ਸਰਕਾਰਾਂ ਨੇ ਬੋਲੋ ਕੁਛ ਨਹੀਂ ਰਿਹਾ ਕਿਸਾਨ ਕੋਲ ਇੱਕ ਜਿਹੜਾ ਮੁੱਦਾ ਸੀ ਉਹ ਵੀ ਗਿਆ ਬਸ ਰੇਲਾਂ 'ਤੇ ਬਹਿ ਗਏ ਭੁੱਖੇ 'ਤੇ ਅਸੀਂ ਬੈਠੇ ਨੇ 25-30 ਦਿਨਾਂ ਦੇ ਲੋਕ ਲੜੀ ਜਾਂਦੇ ਸੰਘਰਸ਼ ਨਾਲ ਕੋਈ ਹੱਲ ਨਹੀਂ ਸੰਘਰਸ਼ ਦਾ ਜਿਹੜਾ ਉਹਨੇ ਮਸਲਾ ਕਰ ਲਿਆ ਅੰਮ੍ਰਿਤ ਸ਼ਾਹ ਨੇ ਕਰਿਆ ਮੋਦੀ ਦੇ ਅੰਮ੍ਰਿਤ ਸ਼ਾਹ ਨੇ ਮੋਦੀ ਦੇ ਦੀਨ 'ਤੇ ਕਰਿਆ ਉਹ ਨਹੀਂ ਮੰਨਦਾ ਮੋਦੀ ਕਹਿੰਦਾ ਜੀ ਐਂ ਹੋ ਜੂ ਕੌਣ ਕਹਿੰਦਾ ਅੰਮ੍ਰਿਤ ਸ਼ਾਹ ਜਮ੍ਹਾਂ ਨਹੀਂ ਮੰਨਦਾ ਕਿਤੇ ਜਾ ਕੇ ਕਹਿ ਦਿਓ ਮੰਨ ਜੇ ਲੋਕ ਮਰੀ ਜਾਣ ਭੁੱਖੇ ਰਹਿਣ ਕਿਸੇ ਦਾ ਦਿਹਾੜੀ ਦਾ ਬੱਚਾ ਭੁੱਖਾ ਰਹੇ ਕਿਸੇ ਨੂੰ ਲੇਬਰ ਨਾ ਮਿਲੇ ਕਿਸੇ ਨੂੰ ਮਜ਼ਦੂਰੀ ਨਾ ਮਿਲੇ ਜਦੋਂ ਮਜ਼ਦੂਰੀ ਨਾ ਮਿਲੀ ਕੁਛ ਨਾ ਹੋਇਆ ਤਾਂ ਕੀ ਕਰੂ ਕਿਸਾਨ ਆਖਰ ਨੂੰ ਮਰੂਗਾ ਜੀ ਨਾਲ ਉਹਦੇ ਨਾਲ ਮਜ਼ਦੂਰ ਮਰੂਗਾ ਗਰੀਬ ਮਰੂਗਾ ਮੰਗਤਾ ਮਰੂਗਾ ਇੱਕ ਪਿੰਡ 'ਚ ਮੰਗਣ ਵਾਲਾ ਇਦੋਂ ਬਾਅਦ ਕੋਈ ਹੱਲ ਨਹੀਂ ਕਿਸਾਨ ਕੋਲ ਬਸ ਕਿਸਾਨ ਦੀ ਖੁਦਕੁਸ਼ੀ ਹੈ ਲਾਸਟ ਜੇ ਕੋਈ ਨਾ ਮੰਨਿਆ ਗਿਆ ਬਸ ਧੰਨਵਾਦ ਜੀ ਜਿਵੇਂ ਕਿ ਤੁਸੀਂ ਦੇਖਿਆ ਆਪਣਾ ਤਾਂ ਸਵਾਲ ਇਹ ਸੀ ਕਿ ਇਸ ਵਾਰ ਦੀਵਾਲੀ ਕਿਸ ਤਰ੍ਹਾਂ ਦੀ ਰਹੀ ਪਰ ਦੀਵਾਲੀ ਤਾਂ ਕੀ ਖਰਾਬ ਇਹਨਾਂ ਤਾਂ ਕਹਿ ਤਾਂ ਕਿ ਪੂਰੀ ਕਿਸਾਨ ਦੀ ਜ਼ਿੰਦਗੀ ਖਰਾਬ ਹੋ ਜਾਊਗੀ ਜੇਕਰ ਕਾਨੂੰਨ ਨਹੀਂ ਰੱਦ ਹੁੰਦੇ